वाहिगुरु जी का खालसा, वाहिगुरु जी की फतेह। दास परमजीत सिंह भट्टी, पिंड डसका, जिला संगरूर, तहसील लहरा काका। हर ऐतवार नूं पिंड डसके दे विच आपां मरीजां नूं मिलदे आं, जिहड़े छोटी तों लैके वड्डियां बीमारियां दे नाल कई कई सालां तों जूझ रहे आ, ठीक नहीं हो रहे, दवाइयां खा के अक थक चुके हो, होर शरीर नूं खराब कर रहे हो, वो हर ऐतवार नूं पिंड डसके दे विच मैनूं मिल के नवज दिखा के देसी जड़ी बूटियां दीआं दवाइयां दे नाल अपने रोगां दा गरंटी दे नाल इलाज करवा सकदे हो। हर ऐतवार नूं सवेरे 7 बजे तों लैके शाम दे 7 बजे तक आपां मरीजां नूं मिलदे आ। जिहड़ा इह डसका पिंड है, संगरूर जिले दा पिंड है, तहसील जिहड़ी आ उह लहरा गागा है, नेड़े शहर लहरा गागा, बुढलाडा, बरेटा ते सुनाम, इह शहर नेड़े ने। हर ऐतवार नूं सवेरे 7 तों लैके शाम दे 7 बजे तक आपां मिलदे आ। अज जिस विशे च मैं तुहाडे सामने आया उह है ब्लड प्रैशर घटना, जिन्हों लो बीपी कहने असी। खून का दबा शरीर दे विच घटना, सरू खून की कमी आनी, ये वास्ते चमत्कारी इलाज तुहाडी झोली दे विच पाउण लग्या। तुरंत प्रभाव, जिवें किसी का बीपी घट जांदा है, अंग्रेजी दवाई देने तुसीं तुरंत ठीक हो जांदा है, उस हिसाब नाल ही तुहानूं मैं कुछ जड़ी बूटियां लिखाउण लग्या। तुसीं लिख लो तुरंत प्रभावदारी घर दे विच जिहदा तुसीं आप इलाज कर सकदे हो। बाकी जे कोई ज्यादा पुराना है ਤਾਂ ਉਹ ਐਤਵਾਰ ਨੂੰ ਪਿੰਡ ਡਸਕੇ ਚ ਮਿਲ ਕੇ 1 ਮਹੀਨੇ ਦੇ ਵਿੱਚ ਗਰੰਟੀ ਦੇ ਨਾਲ ਆਪਣਾ ਜਿੱਡਾ ਮਰਜ਼ੀ, ਚਾਹੇ ਹਾਈ ਬਲੱਡ ਪ੍ਰੈਸ਼ਰ ਹੈ ਚਾਹੇ ਲੋਅ ਬਲੱਡ ਪ੍ਰੈਸ਼ਰ ਹੈ, ਉਹਦਾ ਗਰੰਟੀ ਦੇ ਨਾਲ ਆਪਾਂ ਇਲਾਜ ਕਰਦੇ ਹਾਂ। ਸੋ ਜਿਨ੍ਹਾਂ ਦਾ ਲੋਅ ਬੀਪੀ ਹੈ, ਬਲੱਡ ਪ੍ਰੈਸ਼ਰ ਘੱਟਦਾ ਹੈ, ਉਹਨਾਂ ਵਾਸਤੇ ਬਹੁਤ ਹੀ ਸੌਖਾ ਇਲਾਜ ਹੈ। ਇੱਕ ਤਾਂ ਲੈ ਲੈਣਾ ਗੁੜ, ਇੱਕ ਲੈ ਲੈਣਾ ਨਮਕ ਤੇ ਇੱਕ ਨਿੰਬੂ ਦਾ ਰਸ, ਇੱਕ ਇੱਕ ਚਮਚਾ ਤਿੰਨਾਂ ਦਾ ਮਿਲਾ ਕੇ। ਨਮਕ ਹੈ ਜਿਹੜਾ ਉਹ ਸੈਦਾ ਲੈਣਾ, ਤਿੰਨਾਂ ਦਾ ਇੱਕ ਇੱਕ ਚਮਚਾ ਮਿਲਾ ਕੇ ਇੱਕੋ ਜਿੰਨੀ ਮਾਤਰਾ 'ਚ, ਤੁਸੀਂ 1 ਚਮਚ ਸਵੇਰੇ, 1 ਚਮਚ ਸ਼ਾਮ ਨੂੰ, 1 ਗਲਾਸ ਗਰਮ ਪਾਣੀ ਦੇ ਨਾਲ ਇਹ ਦਵਾਈ ਲੈਣੀ ਹੈ। ਤੁਹਾਡਾ ਜਿੱਡਾ ਮਰਜ਼ੀ ਬੀਪੀ ਲੋਅ ਹੋਇਆ ਹੋਇਆ, ਘੰਟੇ ਦੇ ਵਿੱਚ ਤੁਹਾਡਾ ਸਰੀਰ ਦੁਬਾਰੇ ਐਕਟੀਵਿਟੀ ਦੇ ਵਿੱਚ ਆ ਜਾਏਗਾ। ਇਸੇ ਤਰ੍ਹਾਂ ਹੀ ਤੁਸੀਂ ਇੱਕ ਜਿਹੜਾ ਪੱਕਾ ਰੈਗੂਲਰ ਇਹ ਵੀ ਮਹੀਨਾ ਕਰਨਾ, ਇੱਕ ਨਾਲ ਹੋਰ ਮਹੀਨਾ ਤੁਸੀਂ ਇਲਾਜ ਕਰਨਾ, ਉਹ ਹੈ ਜਿਹੜੇ ਆਪਣੇ ਮੁਨੱਕਾ ਦਾਖ ਹੁੰਦੀ ਹੈ। ਮੁਨੱਕਾ ਦਾਖਾਂ ਲੈ ਲਓ, ਅੱਧਾ ਕੁ ਕਿਲੋ ਇਹਨਾਂ ਦੀ ਹੈ। 10 ਕੁ ਮੁਨੱਕੇ ਤੁਸੀਂ ਰਾਤ ਨੂੰ 1 ਗਲਾਸ ਪਾਣੀ 'ਚ ਭਿਉਂ ਕੇ ਰੱਖ ਦਿਉ, ਸਵੇਰੇ ਉੱਠਣ ਸਾਰ ਉਹਨਾਂ ਨੂੰ ਚੱਬ ਚੱਬ ਕੇ ਇਕੱਲੇ ਇਕੱਲੇ ਨੂੰ ਨਾਲ ਉਹ ਪਾਣੀ ਪੀਣਾ। 1 ਮਹੀਨਾ ਲਗਾਤਾਰ ਹਰ ਰੋਜ਼ ਖਾਲੀ ਪੇਟ ਇਹ ਮੁਨੱਕੇ ਵਾਲਾ ਕਰਨਾ ਹੈ, ਅਤੇ ਨਾਲ ਨਿੰਬੂ ਗੁੜ ਅਤੇ ਸੈਦਾ ਨਮਕ ਤਿੰਨਾਂ ਨੂੰ ਮਿਕਸ ਕਰਕੇ, ਚਮਚਾ ਕੁ ਗੁੜ ਲੈ ਲਓ, ਚਮਚੇ ਕੁ ਜਿੰਨਾ 5 ਕੁ ਗ੍ਰਾਮ, ਅਤੇ ਉਨਾ ਹੀ ਨਮਕ ਸੈਦਾ, ਉਨਾ ਹੀ ਤੁਸੀਂ ਨਿੰਬੂ ਦਾ ਰਸ ਲੈ ਕੇ ਮਿਕਸ ਕਰਕੇ ਸਵੇਰੇ ਖਾਲੀ ਪੇਟ, ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਇਹ ਦੋਨੇ ਨੁਕਤੇ ਤੁਸੀਂ ਲੈਣੇ ਸ਼ੁਰੂ ਕਰ ਦਿਓ। ਜਿੱਡਾ ਮਰਜ਼ੀ ਬੀਪੀ ਲੋਅ ਹੈ, 1 ਘੰਟੇ 'ਚ ਤੁਹਾਡਾ ਸਰੀਰ ਐਕਟੀਵੇਟ ਹੋ ਜੂ, ਦੁਬਾਰੇ ਬੀਪੀ ਘਟਣਾ ਬੰਦ ਹੋ ਜਾਏਗਾ ਪਹਿਲੇ ਦਿਨ ਤੋਂ। ਇਹ ਚਮਤਕਾਰੀ ਇਲਾਜ ਤੁਹਾਡੀ ਝੋਲੀ 'ਚ ਪਾਉਣ ਲੱਗ ਰਿਹਾ ਮੈਂ, ਸੋ ਇਹਨਾਂ ਨੂੰ ਨੋਟ ਕਰ ਲਓ। ਤੁਹਾਡਾ ਸਭ ਦਾ ਧੰਨਵਾਦ। ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ, ਆਪਣੀ ਨਬਜ਼ ਦਿਖਾ ਕੇ ਗਰੰਟੀ ਦੇ ਨਾਲ ਆਪਣੇ ਜਿੱਡੇ ਮਰਜ਼ੀ ਤੁਹਾਨੂੰ ਕੋਈ ਪੁਰਾਣੇ ਰੋਗ ਨੇ ਉਹਨਾਂ ਦਾ ਗਰੰਟੀ ਦੇ ਨਾਲ ਇਲਾਜ ਆਪਾਂ ਕਰਦੇ ਹਾਂ। ਬਾਕੀ ਵੀਡੀਓ ਨੂੰ ਅੱਗੇ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਤਾਂ ਜੋ ਹਰ ਕਨੁਗਤਾ ਤੁਹਾਡੀ ਝੋਲੀ 'ਚ ਪਹਿਲ ਦੇ ਆਧਾਰ 'ਤੇ ਅਸੀਂ ਪਾ ਸਕੀਏ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।